ਕੇ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਨੇ ਕੋਠੀ ਉਹਨਾਂ ਨੇ ਲੈ ਲਈ ਹੈ ਤੇ ਉਹ ਕਹਿ ਰਹੇ ਨੇ ਕਿ ਹੁਣ ਇੱਥੋਂ ਹੀ ਕਿਰਾਏ ਦੇ ਘਰ ਤੇ ਉਹ ਰਹਿਣਗੇ ਤੇ ਪੱਕੇ ਇਹਨੂੰ ਘਰ ਦੇ ਤੌਰ ਤੇ ਰੱਖਣਗੇ ਮਾਝਾ ਵੀ ਇੱਥੋਂ ਦੇਖਣਗੇ ਦੁਆਬਾ ਵੀ ਇੱਥੋਂ ਦੇਖਣਗੇ ਦਫ਼ਤਰ ਹੈ ਚੰਡੀਗੜ੍ਹ ਉੱਥੋਂ ਬੈਠ ਕੇ ਸਾਰੇ ਪੰਜਾਬ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਜਿਮਨੀ ਚੋਣ ਹੁੰਦੀ ਹੈ ਤੁਹਾਨੂੰ ਕਿਤੇ ਜਾ ਕੇ ਕਰ ਲੈਣ ਦੀ ਲੋੜ ਹੀ ਨਾ ਪਵੇ ਇਹ ਲੋੜ ਹੀ ਕਿਉਂ ਪੈ ਰਹੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਲੋਕਾਂ ਨੇ ਇੰਨੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਉਹ ਤਾਂ ਪਾਰਟੀ ਛੱਡ ਕੇ ਭਾਜਪਾ ਚ چلا ਗਿਆ। ਇਨਸਾਨ ਨੂੰ ਪਰਖਿਆ ਜਾਂਦਾ ਉਹ ਕਿਰਦਾਰ ਕਰਕੇ ਪਰਖਿਆ ਜਾਂਦਾ ਤੇ ਕਿਰਦਾਰ ਤਾਂ ਕਿਸੇ ਦਾ ਵੀ ਹੈ ਨਹੀਂ। ਅਸੀਂ ਲੋਕ ਪਾਰਟੀ ਨੂੰ ਮਾਂ ਮੰਨਦੇ ਹਾਂ। ਲੋਕ ਆਪਣੀਆਂ ਮਾਵਾਂ ਬਦਲਿਆ ਨਹੀਂ ਕਰਦੇ। ਆਪਦੀ ਮਰਜ਼ੀ ਨਾਲ ਬਿਨਾਂ ਕਿਸੇ ਕਾਰਨ ਤੋਂ ਪਾਰਟੀ ਛੱਡਤੀ। ਕਿੰਨਾ ਲੋਕਾਂ ਤੇ ਬੋਝ ਪਿਆ ਕਿੰਨਾ ਸਰਕਾਰ ਤੇ ਬੋਝ ਪਿਆ ਕਿੰਨਾ ਖਰਚਾ ਹੋਇਆ ਸੋਚਿਆ ਹੀ ਨਹੀਂ। ਭਾਜਪਾ ਕਿਹੜਾ ਟਰੈਂਡ ਸੈੱਟ ਕਰ ਲੂਗੀ। 90% ਤੇ ਅਸੀਂ ਪਹੁੰਚ ਗਏ ਆ ਵੋਟ ਪਰਸੈਂਟੇਜ 'ਚ ਮੇਰੇ ਵੀਰ ਕਿਉਂ ਐਵੇਂ 18% ਦੀ ਗੱਲ ਕਰੀਏ ਉਹਨੇ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਮੇਰੇ ਨਾਲ ਸੀਟਾਂ ਦੀ ਗੱਲ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਸ ਵੇਲੇ ਮੌਜੂਦਾ ਸਥਿਤੀ ਹੈ ਉਹਨੂੰ ਤੁਸੀਂ ਕਿਵੇਂ ਭਾਪ ਰਹੇ ਹੋ ਉਹ ਪਾਪ ਦਾ ਇੱਕ ਦਿਨ ਅੰਤ ਹੁੰਦਾ ਹੈ ਪਾਪ ਦਾ ਘੜਾ ਪਰ ਚੁੱਕਿਆ ਸੀ ਸਾਰੇ ਅਕਾਲੀ ਦਲ ਕੋਲੇ ਪੰਜਾਬ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਹੈ ਤੇ ਦੋ ਐਮਐਲਏ ਦੀਆਂ ਸੀਟਾਂ ਤੇ ਇਸ ਤੋਂ ਬਾਅਦ ਇਹ ਵੀ ਨਹੀਂ ਰਹੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰ ਆਨੰਦਪ੍ਰੀਤ ਸਿੰਘ ਸਿਆਸਤ ਬਾਰੇ ਕਹਿ ਰਹੇ ਹਾਂ ਤਾਂ ਕਿ ਸਿਆਸਤ ਇਕੱਲੇ ਬੰਦੇ ਦੀ ਕੋਈ ਖੇਡ ਨਹੀਂ ਜੇ ਤਾਂ ਤੁਹਾਡੇ ਨਾਲ ਪਰਿਵਾਰ ਨਾਲ ਆ ਕੇ ਜੁੜੇ ਤਾਂ ਫਿਰ ਤੁਸੀਂ ਸਿਆਸਤ ਵਧੀਆ ਤਰੀਕੇ ਨਾਲ ਕਰ ਲੈਣੇ ਹੋ ਕਿਉਂਕਿ ਤੁਸੀਂ ਪਿੰਡ ਦੀ ਪਵੇਂ ਪੰਚੀ ਕਰਨੀ ਹੋਵੇ ਸਰਪੰਚੀ ਕਰਨੀ ਹੋਵੇ ਉੱਥੇ ਵੀ ਜੇ ਘਰ ਵਾਲੇ ਤੁਹਾਡਾ ਸਹਿਯੋਗ ਨਹੀਂ ਕਰਨਗੇ ਤਾਂ ਸਿਆਸਤ ਕਰਨੀ ਕੋਈ ਖੜਾ ਜੀ ਦਾ ਬਾੜਾ ਨਹੀਂ ਇਸੇ ਤਰੀਕੇ ਨਾਲ ਜਦੋਂ ਹੁਣ ਆਪਾਂ ਲੋਕ ਸਭਾ ਦੀ ਗੱਲ ਕਰਦੇ ਹਾਂ ਜਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਜਾਂ ਫਿਰ ਕਿਸੇ ਵੀ ਵਰਜੀ ਤੁਸੀਂ ਇਲੈਕਸ਼ਨ ਦੀ ਗੱਲ ਕਰੋ ਜਦੋਂ ਉਹਨਾਂ ਦੇ ਘਰ ਤੇ ਵੀ ਨਾਲ ਕੈਂਪੇਨ ਕਰਦੇ ਨੇ ਤਾਂ ਇੱਕ ਕੈਂਪੇਨ ਕਰਨ ਦਾ ਵੀ ਇੱਕ ਜਿਹੜਾ ਸਿਆਸਤ ਹੈ ਉਹਦਾ ਵੀ ਮિજાਜ ਬਦਲ ਜਾਂਦਾ ਹੈ ਤੇ ਕੁਝ ਕੁ ਲੀਡਰ ਨੇ ਪੰਜਾਬ ਦੇ ਜਿਨ੍ਹਾਂ ਦੇ ਪਤਨੀਆਂ ਵੀ ਨਾਲ ਆ ਕੇ ਜਿਹੜੇ ਉਹ ਕੈਂਪੇਨ ਕਰਦੀਆਂ ਨੇ ਤੇ ਇਹ ਵੀ ਗੱਲ ਉਹਨਾਂ ਦੇ ਮੂੰਹ ਹੀ ਕਹੀ ਜਾਂਦੇ ਲੀਡਰਾਂ ਦੇ ਵੱਲੋਂ ਕਿ ਜਦੋਂ ਉਹਨਾਂ ਦੇ ਘਰ ਦੇ ਕੈਂਪੇਨ ਕਰਦੇ ਨੇ ਉਹਦਾ ਫਾਇਦਾ ਉਹਨਾਂ ਨੂੰ ਜ਼ਿਆਦਾ ਹੁੰਦਾ ਮੈਂ ਗੱਲ ਕਰ ਰਿਹਾ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਉਹਨਾਂ ਦੇ ਪਤਨੀ ਅਮ੍ਰਿਤਾ ਵੜਿੰਗ ਜੀ ਜਦੋਂ ਪ੍ਰਚਾਰ ਕਰਦੇ ਨੇ ਤਾਂ ਵੜਿੰਗ ਸਾਹਿਬ ਦਾ ਹੀ ਕਹਿਣਾ ਕਿ ਉਹਨਾਂ ਨੂੰ ਉਹਨਾਂ ਲਈ ਚਾਹੇ ਇਹਨੂੰ ਗੁੱਡ ਲੱਕ ਚਾਮ ਉਹ ਕਹਿੰਦੇ ਨੇ ਚਾਹੇ ਫਿਰ ਹੋਰ ਕੀ ਕੁਛ ਹੈ ਆਪਾਂ ਅਮ੍ਰਿਤਵਰਿੰਗ ਜੀ ਤੋਂ ਜਾਨਦੇ ਆ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਬਹੁਤ ਜੀ ਇਹ ਪ੍ਰਧਾਨ ਜੀ ਦਾ ਹੀ ਹੁੰਦਾ ਕਿ ਤੁਸੀਂ ਪ੍ਰਚਾਰ ਕਰਨ ਜਾਓ ਜਾਂ ਤੁਹਾਡਾ ਆਪਣਾ ਵੀ ਦਿਲ ਹੁੰਦਾ ਕਿ ਤੁਸੀਂ ਪ੍ਰਚਾਰ ਕਰਨਾ ਹੀ ਕਰਨਾ ਨਹੀਂ ਪਰਿਵਾਰ ਹੋਣ ਦੇ ਤੌਰ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਮੈਨੂੰ ਇਹ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਕਿ ਜਿੰਨਾ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕਰ ਸਕੀਏ ਜੀ ਉਨੀ ਕਰਨੀ ਚਾਹੀਦੀ ਹੈ ਹਮੇਸ਼ਾ ਕਹਿ ਕਿ ਨਹੀਂ ਕੀ ਆ ਜਾਂਦਾ ਕਿ ਹਾਂ ਤੁਸੀਂ ਆਓ ਮੈਂ ਆਪ ਹਮੇਸ਼ਾ ਤਿਆਰ ਰਹਿਣੀ ਕਿਤੇ ਵੀ ਮਦਦ ਕਰ ਸਕਾਂ ਹਮੇਸ਼ਾ ਤਤਪਰ ਰਹਿਣੀ ਹੈ ਇਸ ਕਲਪਸਤੇ ਪ੍ਰਧਾਨ ਜੀ ਵੀ ਬੜੇ ਹਿੰਮਤੀ ਨੇ ਉਹ ਪਹਿਲਾਂ ਇੱਥੇ ਵੀ ਪ੍ਰਚਾਰ ਕਰ ਰਹੇ ਸੀ ਅਗਲੇ ਦਿਨ ਉਹ ਪਾਰਲੀਮੈਂਟ ਚ ਸੀਗੇ ਕੱਲ ਉਹ ਪਾਰਲੀਮੈਂਟ ਚ ਉਹਨਾਂ ਨੇ ਸਪੀਚ ਦਿੱਤੀ ਸ਼ਾਇਦ ਅੱਜ ਫੇਰ ਉਹ ਵਾਪਸ ਆ ਰਹੇ ਨੇ ਜਾਂ ਸ਼ਾਇਦ ਆ ਵੀ ਗਏ ਹੋਣਗੇ ਕਿਵੇਂ ਤੁਸੀਂ ਦੇਖਦੇ ਹੋ ਕੱਲ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਨੂੰ ਤੇ ਜਿਸ ਤਰ੍ਹਾਂ ਦਾ ਹੁਣ ਉਹਨਾਂ ਨੇ ਇੱਕ ਹੋਰਾਂ ਕ੍ਰੀਏਟ ਕਰ ਲਿਆ ਪ੍ਰਧਾਨ ਬਣਨ ਤੋਂ ਬਾਅਦ ਤੁਸੀਂ ਉਹਨੂੰ ਨੂੰ ਕਿਵੇਂ ਜਜ ਕਰ ਰਹੇ ਹੋ ਪਹਿਲੀ ਗੱਲ ਤੇ ਮੈਂ ਕਦੀ ਵਿਰਿੰਗ ਸਾਬ ਨੂੰ ਜਜ ਨਹੀਂ ਕੀਤਾ ਦੂਸਰੀ ਗੱਲ ਜੋ ਕਾਸੀ ਉਹ ਕਰਕੇ ਵਿਖਾਇਆ ਹੈ ਇੱਕ ਵਫਾਦਾਰੀ ਨਿਭਾਉਂਦੇ ਹੈ ਆਪਦੀ ਲੋਕਾਂ ਦੇ ਨਾਲ ਬੜੀ ਉਮੀਦ ਹੁੰਦੀ ਹੈ ਲੋਕਾਂ ਨੂੰ ਜਿਹੜੇ ਵੋਟ ਪਾਉਂਦੇ ਹੈ ਕਿ ਸਾਡੀ ਆਵਾਜ਼ ਕੋਈ ਚੱਕੂਗਾ ਸਾਡੇ ਬਣਦੇ ਹੱਕ ਸਾਨੂੰ ਲਿਆਖੀ ਦੇਊਗਾ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਬੜੇ ਵਿਸ਼ਵਾਸ ਦੇ ਨਾਲ ਰਾਜ ਜੀ ਨੂੰ ਪਾਰਲੀਮੈਂਟ ਭੇਜਿਆ ਤੇ ਜਿਹੜੇ ਵਾਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਵਾਦਿਆਂ ਨੂੰ ਪੂਰਾ ਪੂਰਾ ਕਰਨ ਦਾ ਸਮਾਂ ਆ ਗਿਆ ਔਰ ਜੋ ਜੋ ਉਹਦੇ ਲਈ ਕਰਨਾ ਪਊਗਾ ਉਹ ਕਰਾਂਗੇ ਪਹਿਲੀ ਵਾਰ ਕੱਲ ਪਾਰਲੀਮੈਂਟ ਦੇ ਵਿੱਚ ਬੋਲੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਹੁਣ ਲੱਗਦਾ ਹੈ ਸੱਚੇ ਪਾਤਸ਼ਾਹ ਮੁਰਾਦਾਂ ਪੂਰੀਆਂ ਕਰਨਗੇ। ਅੱਛਾ ਜਦੋਂ ਉਹ ਜਲੰਧਰ ਗਏ ਜਦੋਂ ਉਹ ਲੁਧਿਆਣੇ ਗਏ ਸੀ ਮਾਫ਼ ਕਰਨਾ ਜਦੋਂ ਲੁਧਿਆਣੇ ਉਹ ਗਏ ਸੀ ਉਦੋਂ ਇੱਕ ਚਰਚਾ ਜ਼ਰੂਰ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਵਡਿੰਗ ਸਾਬ ਨੂੰ ਫਸਾਇਆ ਕਿਉਂਕਿ ਪਹਿਲਾਂ ਬਠਿੰਡੇ ਦੀ ਚਰਚਾ ਸੀ ਜਾਂ ਉਹ ਲੜਨਗੇ ਜਾਂ ਤੁਸੀਂ ਲੜੋਗੇ ਕਿਹਾ ਸੀ ਕਿ ਉੱਥੇ ਨਾ ਲੜ ਕੇ ਇੱਥੇ ਕਿਉਂਕਿ ਕੁਝ ਆਧਾਰ ਨਹੀਂ ਹੈਗਾ ਜਦੋਂ ਨਾ ਹੋਵੇ ਕਿਉਂਕਿ ਬਠਿੰਡਾ ਗਿੱਦੜਬਾਹਾ ਇੱਕ ਵੱਖਰਾ ਤਰੀਕੇ ਨਾਲ ਲੋਕ ਉਹਦੇ ਸੋਚਦੇ ਨੇ ਲੁਧਿਆਣਾ ਇੱਕ ਬਿਲਕੁਲ ਵੱਖਰਾ ਸੀਗਾ ਚਾਹੇ ਉਹ ਡੈਮੋਗ੍ਰਾਫਿਕ ਉਹਦੀ ਗੱਲ ਕਰਨੀ ਹੋਵੇ ਜਾਂ ਵੈਸੇ ਵੀ ਕਿ ਉਹ ਇੱਕ ਜਿਹੜਾ ਚੈਲੰਜ ਸੀਗਾ ਜਾਂ ਇਮਤਿਹਾਨ ਸੀਗਾ ਤੁਸੀਂ ਉਹਨੂੰ ਸਰ ਕਰ ਲਿਆ ਤੇ ਜਿਹੜੇ ਇਹ ਚੈਲੰਜ ਆ ਰਹੇ ਨੇ ਲਗਾਤਾਰ ਕਿਉਂਕਿ ਇਹ ਸਿਆਸਤ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਜਿਹੜਾ ਜ਼ਿੰਦਗੀ ਦਾ ਮਜ਼ਾ ਹੈ ਨਾ ਇਹ ਇਹਨਾਂ ਚੈਲੰਜਸ ਨਾਲ ਹੀ ਹੈ ਜਦੋਂ ਜਦੋਂ ਬੰਦੇ ਉਹ ਲੱਗਿਆ ਹੁੰਦਾ ਨਾ 1 ਮੀਟਰ ਲੱਗਿਆ ਹੁੰਦਾ ਜਿਹਦਾ ਦਿਲ ਦੀ ਧੜਕਣ ਉੱਪਰ ਥੱਲੇ ਉੱਪਰ ਤੇ ਲੱ ਜਾਂਦੀ ਰਹੇ ਤਾਂ ਉਹ ਮਤਲਬ ਲੱਗਦਾ ਹੈ ਕਿ ਜ਼ਿੰਦਗੀ ਚੱਲ ਰਹੀ ਹੈ ਬੰਦਾ ਜਿਉਂਦਾ ਜਾਗਦਾ ਜਦੋਂ ਲਾਈਨ ਫਲੈਟ ਹੋ ਜੇ ਨਾ ਉਹਦੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਤੇ ਇਹ ਜਿੰਨੇ ਚੈਲੰਜਸ ਹੈ ਇਹਨਾਂ ਨਾਲ ਹੀ ਜ਼ਿੰਦਗੀ ਹੈ ਜ਼ਿੰਦਗੀ ਦੀ ਖੁਸ਼ੀ ਨਾ ਚੈਲੰਜਸ ਨਾਲ ਹੈ ਫਲੈਟ ਲਾਈਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜਲੰਧਰ ਵੈਸਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇਹ ਜ਼ਿਮਨੀ ਚੋਣ ਹੋ ਰਹੀ ਹੈ ਕਦੇ ਇਹ ਸੀਟ ਕਾਂਗਰਸ ਦੇ ਖਾਤੇ ਜਾਂਦੀ ਸੀ ਕਦੇ ਭਾਜਪਾ ਦੇ ਖਾਤੇ ਦੇ ਵਿੱਚ ਪਰ ਹੁਣ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦੀ ਇਹ ਸੀਟ ਹੈ ਤੇ ਉਹ ਦਾਵਾ ਵੀ ਕਰ ਰਹੇ ਕਿ ਅਸੀਂ ਸੀਟ ਜਿੱਤਣੀ ਹੈ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਇੱਥੇ ਕਿ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਆਮ ਆਦਮੀ ਪਾਰਟੀ ਦੀ ਸੀਟ ਕਿਵੇਂ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਲੋਕਾਂ ਨੇ ਇੰਨੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਉਹ ਤਾਂ ਪਾਰਟੀ ਛੱਡ ਕੇ ਭਾਜਪਾ ਚਲਾ ਗਿਆ ਉਹਨਾਂ ਦੀ ਸੀਟ ਕਿਵੇਂ ਹੋਈ ਤੇ ਜਿਹੜਾ ਭਾਜਪਾ ਦਾ ਕੈਂਡੀਡੇਟ ਹੈ ਉਹ ਭਾਜਪਾ ਛੱਡ ਕੇ ਉਹਦੇ ਫਾਦਰ ਭਾਜਪਾ ਤੋਂ ਮਿਨਿਸਟਰ ਸਨ ਉਹ ਭਾਜਪਾ ਛੱਡ ਕੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਬੇਸਿਕਲੀ ਤਾਂ ਜਿੰਨੀਆਂ ਇਹ ਪਾਰਟੀਆਂ ਐ ਸਭ ਦੇ ਉਧਾਰੇ ਲਏ ਹੋਏ ਕੈਂਡੀਡੇਟ ਐ ਕਿਸੇ ਤੱਕ ਮੰਗਵੇਂ ਕੈਂਡੀਡੇਟ ਐ ਇਹ ਕੋਈ ਪਾਰਟੀ ਐ ਕਾਂਗਰਸ ਪਾਰਟੀ ਜੀ ਦੇ ਕੈਂਡੀਡੇਟ ਨੇ ਜਿਉਂ ਪੋਲਿਟਿਕਸ ਜੁਆਇਨ ਕੀਤੀ ਹੈ ਜਿਉਂ ਜੰਮੇ ਆ ਵਫਾਦਾਰੀ ਪਾਰਟੀ ਨਾਲ ਵੀ ਨਿਭਾਈ ਹੈ ਤੇ ਲੋਕਾਂ ਨਾਲ ਵੀ ਨਿਭਾਈ ਹੈ ਔਰ ਅਵਦਾ ਤੰਦੇਈ ਦੇ ਨਾਲ ਬੜੀ ਸ਼ਰਾਫਤ ਦੇ ਨਾਲ ਕੰਮ ਕੀਤਾ ਹੈ ਜਲੰਧਰ ਦੇ ਰਹਿਣ ਵਾਲੇ ਆ ਜਲੰਧਰ ਦੇ ਵਿੱਚ ਵਿਚਰੇ ਤੇ ਇੱਕੋ ਹੀ ਕੈਂਡੀਡੇਟ ਹੈ ਮੈਂ ਤਾਂ ਸਾਰੀ ਸੰਗਤ ਨੂੰ ਸਾਰੇ ਜਲੰਧਰ ਵਾਸੀਆਂ ਨੂੰ ਹੀ ਬੇਨਤੀ ਕਰੂੰਗੀ ਕਿ ਤੁਸੀਂ ਸਾਰੇ ਕੈਂਡੀਡੇਟਸ ਨੂੰ ਨਾ ਵੱਖੋ ਵੱਖਰਾ ਰੱਖ ਕੇ ਪਰਖ ਲਓ ਸ਼ਰਾਫਤ ਪੱਖੋਂ ਪਰਖ ਲਓ ਮਿਹਨਤ ਪੱਖੋਂ ਪਰਖ ਲਓ ਜਿਸ ਪਾਸੋਂ ਮਰਜ਼ੀ ਗ੍ਰਾਫ ਬਣਾ ਲਓ ਇੱਕ ਤੇ ਜਿਹੜਾ ਤੁਹਾਨੂੰ ਸਭ ਤੋਂ ਚੰਗਾ ਇਨਸਾਨ ਲੱਗਦਾ ਹੈ ਕਿਰਦਾਰ ਪੱਖੋਂ ਵੇਖ ਲਓ ਵੇਖੋ ਸਭ ਸਭ ਤੋਂ ਅੱਛੀ ਚੀਜ਼ ਜਿਹੜੀ ਇਨਸਾਨ ਨੂੰ ਪਰਖਿਆ ਜਾਂਦਾ ਉਹ ਕਿਰਦਾਰ ਕਰਕੇ ਪਰਖਿਆ ਜਾਂਦਾ ਤੇ ਕਿਰਦਾਰ ਤਾਂ ਕਿਸੇ ਦਾ ਵੀ ਹੈ ਨਹੀਂ ਜਿਹੜਾ ਆਪਦੀ ਪਾਰਟੀ ਦਾ ਨਹੀਂ ਹੋਇਆ ਵੇਖੋ ਕੱਲੀ ਪਾਰਟੀ ਪੋਲਿਟੀਕਲੀ ਨਹੀਂ ਹੁੰਦੀ ਅਸੀਂ ਲੋਕ ਪਾਰਟੀ ਨੂੰ ਮਾਂ ਮੰਨਦੇ ਹਾਂ ਲੋਕ ਆਪਣੀਆਂ ਮਾਵਾਂ ਬਦਲਿਆ ਨਹੀਂ ਕਰਦੇ ਤੇ ਇਹਨਾਂ ਲੋਕਾਂ ਨੇ ਪਾਰਟੀ ਬਦਲਣ ਲੱਗਿਆ ਸੋਚਿਆ ਹੀ ਨਹੀਂ ਤੁਸੀਂ ਦੇਖੋ ਮੌਜੂਦਾ ਐਮਐਲਏ ਹੋਣ ਦਾਈ ਸਾਲ ਸਰਕਾਰ ਨੂੰ ਹੋਏ ਹੋਣ ਕਿੰਨਾ ਸਰਕਾਰ ਤੇ ਬੋਝ ਪੈਂਦਾ ਹੈ ਬਾਈ ਇਲੈਕਸ਼ਨ ਦਾ ਆਪਦੀ ਮਰਜ਼ੀ ਨਾਲ ਬਿਨਾਂ ਕਿਸੇ ਕਾਰਨ ਤੋਂ ਪਾਰਟੀ ਛੱਡਦੀ ਕਿੰਨਾ ਲੋਕਾਂ ਤੇ ਬੋਝ ਪਿਆ ਕਿੰਨਾ ਸਰਕਾਰ ਤੇ ਬੋਝ ਪਿਆ ਕਿੰਨਾ ਖਰਚਾ ਹੋਇਆ ਸੋਚਿਆ ਹੀ ਨਹੀਂ ਔਰ ਜਿਹੜਾ ਧੋਖਾ ਦਿੱਤਾ ਉਹ ਵੱਖਰਾ ਇਹ ਅੱਜ ਮੌਕਾ ਹੈ ਇਹਨਾਂ ਸਾਰੇ ਦਲ ਬਦਲੂ ਲੋਕਾਂ ਨੂੰ ਸਹੀ ਚਿਹਰਾ ਵਿਖਾਉਣ ਦਾ ਤ론 ਚੈਲੰਜ ਇੱਥੇ ਲੱਗ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਨੇ ਕੋਠੀ ਉਹਨਾਂ ਨੇ ਲੈ ਲਈ ਹੈ ਤੇ ਉਹ ਕਹਿ ਰਹੇ ਨੇ ਕਿ ਹੁਣ ਇੱਥੋਂ ਹੀ ਕਿਰਾਏ ਦੇ ਘਰ ਤੇ ਉਹ ਰਹਿਣਗੇ ਤੇ ਪੱਕੇ ਹੀ ਉਹਨੂੰ ਘਰ ਦੇ ਤੌਰ ਤੇ ਰੱਖਣਗੇ ਮਾਝਾ ਵੀ ਇੱਥੋਂ ਦੇਖਣਗੇ ਦੁਆਬਾ ਵੀ ਇੱਥੋਂ ਦੇਖਣਗੇ ਉਹਨਾਂ ਦੇ ਇੱਥੇ ਆਉਣ ਦੇ ਨਾਲ ਪ੍ਰਚਾਰ ਕਰਨ ਦੇ ਨਾਲ ਕਿਉਂਕਿ ਉਹਨਾਂ ਦੇ ਵੀ ਪਤਨੀ ਜਿਹੜੇ ਪ੍ਰਚਾਰ ਲਗਾਤਾਰ ਕਰ ਰਹੇ ਨੇ ਕਿੰਨਾ ਕੁ ਅਸਰ ਤੁਸੀਂ ਮੰਨਦੇ ਹੋ ਦੇਖੋ ਇਹ ਡੈਮੋਕ੍ਰੇਸੀ ਹੈ ਹਰ ਇੱਕ ਨੂੰ ਹੱਕ ਹੈ ਪ੍ਰਚਾਰ ਕਰਨ ਦਾ ਪਰ ਮਾਨ ਸਾਹਿਬ ਬੜੀ ਚੰਗੀ ਗੱਲ ਹੈ ਜੀ ਉਹਨਾਂ ਨੇ ਇੱਥੇ ਕੋਠੀ ਲੈ ਲਈ ਹੈ ਪਰ ਇੱਥੋਂ ਬੈਠ ਕੇ ਸਾਰਾ ਪੰਜਾਬ ਕਿਵੇਂ ਵੇਖਣ ਦਨ ਜਿਮਨੀ ਚੋਣਾ ਫੇਰ ਆ ਗਈਆਂ ਕਿੱਥੇ ਕਿੱਥੇ ਕੋਠੀ ਲੈਣਗੇ ਬੜੀ ਚੰਗੀ ਗੱਲ ਹੈ ਮੈਂ ਤਾਂ ਕਹਿੰਨੀ ਇਸ ਤਰ੍ਹਾਂ ਕੋਠੀਆਂ ਲੈਣ ਦੀ ਲੋੜ ਹੀ ਨਾ ਪਵੇ ਜਿੱਥੇ ਆਫਿਸ ਹੈ ਜਿੱਥੇ ਸਾਰਾ ਦਫਤਰ ਹੈ ਚੰਡੀਗੜ੍ਹ ਉੱਥੋਂ ਬੈਠ ਕੇ ਸਾਰੇ ਪੰਜਾਬ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਜਿਮਨੀ ਚੋਣ ਹੁੰਦੀ ਹੈ ਤੁਹਾਨੂੰ ਕਿਤੇ ਜਾ ਕੇ ਘਰ ਲੈਣ ਦੀ ਲੋੜ ਹੀ ਨਾ ਪਵੇ ਇਹ ਲੋੜ ਹੀ ਕਿਉਂ ਪੈ ਰਹੀ ਹੈ ਆ ਗੱਲ ਹੈ ਇਸ ਦਾ ਜਵਾਬ ਤੁਹਾਡੀ ਪਾਰਟੀ ਤਿਆਰ ਜਿਹੜੀ 4 ਜਿਮਨੀ ਚੋਣ ਆ ਰਹੀਆਂ ਨੇ ਕਿਉਂਕਿ ਉਹਦੇ ਚ ਇੱਕ ਗਿੱਦੜਵਾਹ ਦੀ ਸੀਟ ਵੀ ਹੈ ਤੁਸੀਂ ਹਮੇਸ਼ਾ ਇਸ ਗੱਲ ਤੋਂ ਡਿਨਾਈ ਕਰਦੇ ਆ ਰਹੇ ਹੋ ਕਿਉਂਕਿ ਜਦੋਂ ਵੀ ਤੁਹਾਡੇ ਨਾਲ ਕਿਸੇ ਨੇ ਵੀ ਮੀਡੀਆਦਾਰੇ ਨੇ ਗੱਲ ਕੀਤੀ ਹੈ ਤੁਸੀਂ ਕਿਹਾ ਜੀ ਨਹੀਂ ਮੈਂ ਬਠਿੰਡੇ ਦੀ ਸੀਟ ਵੀ ਨਹੀਂ ਲੜਨੀ ਤੁਸੀਂ ਉਸ ਕਿਹਾ ਕਿ ਮੈਂ ਤਾਂ ਨਹੀਂ ਲੜਨਾ ਚਾਹੁੰਦੀ ਸੀ ਪ੍ਰਧਾਨ ਜੀ ਵੀ ਪਹਿਲਾਂ ਪਹਿਲਾਂ ਕਹੀਗੇ ਨਹੀਂ ਲੜਨਾ ਚਾਹੁੰਦੇ ਸੀ ਪਰ ਦੇਖੋ ਸਾਡੇ ਵੀ ਕੋਈ ਸਵਤਰ ਹੁੰਦੇ ਨੇ ਜੀ ਉਹ ਵੀ ਲਗਾਤਾਰ ਸਾਨੂੰ ਇੱਥੇ ਤੱਕ ਇਨਫੋਰਮੇਸ਼ਨ ਤਾਂ ਸਾਡੇ ਕੋਲ ਆ ਰਹੀ ਸੀ ਗਿੱਦੜ ਬਾਹੀ ਦੀ ਸੀਟ ਦੀ ਵੀ ਉਸੇ ਤਰ੍ਹਾਂ ਚਰਚਾ ਪੂਰੀ ਚੱਲ ਰਹੀ ਹੈ ਤੁਹਾਡੀ ਪਾਰਟੀ ਦੇ ਬਹੁ ਗਿਣਤੀ ਲੀਡਰ ਚਾਹੁੰਦੇ ਨੇ ਵੀ ਤੁਸੀਂ ਉੱਥੇ ਲੜੋ ਦੇਖੋ ਚਰਚਾਵਾਂ ਚੱਲਦੀਆਂ ਰਹਿਣ ਤਾਂ ਚੰਗਾ ਲੱਗਦਾ ਹੈ ਜਵਾਬ ਮੇਰਾ ਫਿਰ ਉ ਕਿ ਪਹਿਲਾਂ ਸੱਚੇ ਪਾਤਸ਼ਾਹ ਜਲੰਧਰ ਤੇ ਕਿਰਪਾ ਕਰਨ ਜਲੰਧਰ ਫਤਿਹ ਕਰੀਏ ਕੋਈ ਵੀ ਹੋਰ ਗੱਲ ਹੈ ਜਲੰਧਰ ਚੋਣ ਤੋਂ ਬਾਅਦ ਕਰਾਂਗੇ ਇਹ ਸੀਟ ਨੂੰ ਵਕਾਰ ਬਣਾ ਲਿਆ ਸਾਰੀਆਂ ਧਿਰਾਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਉਹ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਇਹ ਸੀਟ ਅਸੀਂ ਜਿੱਤ ਗਏ ਨਾ ਤਾਂ ਅਸੀਂ ਇੱਕ ਟ੍ਰੈਂਡ ਜੇ ਸੈੱਟ ਕਰ ਲਾਂਗੇ ਸੱਤ ਸੀਟਾਂ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਉਹ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਇੱਕ ਸੀਟ ਤਾਂ ਜਿੰਨੀ ਬਹੁਤ ਜ਼ਰੂਰੀ ਹੈ ਦੇਖੋ ਭਾਜਪਾ ਕਿਹੜਾ ਟ੍ਰੈਂਡ ਸੈੱਟ ਕਰ ਲੂਗੀ ਭਾਜਪਾ ਦਾ ਤਾਂ ਬੜੀ ਚੰਗੀ ਤਰ੍ਹਾਂ ਬੜੀ ਸਮੂਥਲੀ ਸਫਾਇਆ ਕਰਤਾ ਲੋਕਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਪਰ ਉਹ ਕਹਿ ਰਹੇ ਨੇ 18% ਤੇ ਅਸੀਂ ਪਹੁੰਚ ਗਏ ਆ ਵੋਟ ਪਰਸੈਂਟੇਜ 'ਚ ਮੇਰੇ ਵੀਰ ਕਿਉਂ ਐਵੇਂ 18% ਦੀ ਗੱਲ ਕਰੀਏ ਨੇ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਮੇਰੇ ਨਾਲ ਸੀਟਾਂ ਦੀ ਗੱਲ ਕਰੋ ਆਮ ਆਦਮੀ ਪਾਰਟੀ 92 ਸੀਟਾਂ ਦਿੱਤੀਆਂ ਸੀ ਲੋਕਾਂ ਨੇ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਐ ਅਸੀਂ ਸੱਤ ਜਿੱਤੀਆਂ ਪਰ ਇੱਕ ਮਿਹਨਤ ਕਰਨ ਦੀ ਆਦਤ ਐ ਸ਼ੁਰੂ ਤੋਂ ਹਮੇਸ਼ਾ ਇੱਕ ਮਿਹਨਤ ਦਾ ਮੋੜਨ ਉਹ ਚੱਲਦਾ ਹੀ ਰਹਿੰਦਾ ਜੋ ਲੋਕ ਸੇਵਾ ਦੇ ਵਿੱਚ ਆਏ ਆ ਹਮੇਸ਼ਾ ਹੀ ਲੱਗਦਾ ਕਿ ਜੋ ਬਣਦਾ ਫਰਜ਼ ਉਹ ਹਮੇਸ਼ਾ ਪੂਰੇ ਕਰਦੇ ਰਹਿਣਾ ਚਾਹੀਦਾ ਹੈ ਅੱਜ ਇਹ ਫਰਜ਼ ਬਣਦਾ ਹੈ ਰਾਜਾ ਜੀ ਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਹੁੰਦੇ ਤੌਰ ਤੇ ਕਿ ਉਹ ਮਿਹਨਤ ਹੈ ਨਾ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ ਆਪ ਦਾ 100% ਦੇਣਾ ਚਾਹੀਦਾ ਹੈ ਤੇ ਬਾਕੀ ਜੋ ਫਤਵਾ ਦੇਣਾ ਹੈ ਉਹ ਜਨਤਾ ਨੇ ਦੇਣਾ ਹੈ ਉਹ ਲੋਕਾਂ ਨੇ ਦੇਣਾ ਹੈ ਆਪ ਤਾਂ ਕੇਵਲ ਬੇਨਤੀ ਕਰ ਸਕਦੇ ਆ ਲੋਕਾਂ ਨੂੰ ਮਿਹਨਤ ਕਰ ਸਕਦੇ ਆ ਉਹ ਕਰ ਰਹੇ ਆ ਦੇਖੋ ਇੱਕ ਪਾਸੇ ਇਹ ਹੈ ਕਿ ਜਦੋਂ ਵੀ ਜ਼ਮਨੀ ਚੋਣ ਹੁੰਦੀ ਹੈ ਉਹਦੇ ਬਾਰੇ ਇਹ ਗੱਲ ਅਕਸਰ ਕਹੀ ਜਾਂਦੀ ਹੈ ਜੇ ਇੱਕ ਇੱਕ ਨਜ਼ਰੀਆ ਵੀ ਇਹ ਬਣਾਇਆ ਜਾਂਦਾ ਜਿਹੜੀ ਸੱਤਾ ਧਿਰ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਰਹੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਰਹੀ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਹੈ ਕਿ ਜਿਹੜੀ ਜ਼ਮਨੀ ਚੋਣ ਹੈ ਉਹ ਸਰਕਾਰ ਦੀ ਹੈ ਇਸ ਕਰਕੇ ਤੁਸੀਂ ਮੰਨਦੇ ਹੋ ਕਿ ਇਸ ਸੀਟ ਦੇ ਉੱਤੇ ਵੀ ਉਸੇ ਤਰ੍ਹਾਂ ਹੈ ਜਾਂ ਫਿਰ ਹੁਣ ਕਿਉਂਕਿ ਬਦਲਾਵ ਦੀ ਸਰਕਾਰ ਹੈ ਹੁਣ ਉਹ ਚੀਜ਼ਾਂ ਨਹੀਂ ਹੈਗੀ ਆ ਗਰਾਊਂਡ ਦੇ ਉੱਤੇ ਕੌਣ ਕਹਿੰਦਾ ਜ਼ਮਨੀ ਚੋਣ ਸਰਕਾਰ ਦੀ ਹੁੰਦੀ ਹੈ ਜੇ ਸਰਕਾਰ ਦੀ ਹੁੰਦੀ ਤਾਂ ਸੰਗਰੂਰ ਮੈਂਬਰ ਪਾਰਲੀਮੈਂਟ ਮਨਸਾ ਭਾਰਤੀ ਨਹੀਂ ਸੀ ਇਹ ਤਾਂ ਬਹੁਤ ਹੀ ਗਲਤ ਇੱਕ ਦਾਵਾ ਇਹ ਤਾਂ ਕਰਨਾ ਨਹੀਂ ਚਾਹੀਦਾ ਸੰਗਰੂਰ ਹਾਰਨ ਤੋਂ ਬਾਅਦ ਤਾਂ ਨਹੀਂ ਇਹ ਗੱਲ ਕਹਿਣੀ ਚਾਹੀਦੀ ਉਹਨਾਂ ਨੂੰ ਅੱਛਾ ਜੇ ਤੁਸੀਂ ਮੰਨ ਲਓ ਸੀਟ ਤੋਂ ਜਿੱਤਣ ਦੇ ਹੋ ਤਾਂ ਕਿਉਂਕਿ ਕਾਂਗਰਸ ਪਾਰਟੀ ਵਿਰੋਧੀ ਤਰਚੇ ਹੈ ਕਿਉਂ ਵਿਰੋਧੀ ਤਰਚੇ ਹੋ ਕੇ ਉਹ ਕੰਮ ਕਰਾ ਲੈਣਗੇ ਉਹ ਸਾਰੇ ਕੰਮ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਪ੍ਰਚਾਰ ਕਰ ਰਹੀ ਹੈ ਵੀ ਜੇ ਤੁਸੀਂ ਸਾਨੂੰ ਵੋਟਾਂ ਪਾਉਂਦੇ ਹੋ ਤਾਂ ਤੁਹਾਨੂੰ ਫਾਇਦਾ ਇਹ ਹੈ ਅਸੀਂ ਤੁਹਾਡੇ ਕੰਮ ਕਰਾ ਕੇ ਦੇਨੇ ਨੇ ਟੈਕ ਸਾਲ ਤਾਂ ਸਾਡੀ ਸਰਕਾਰ ਰਹਿਣੀ ਹੈ ਇਸ ਗੱਲ ਦਾ ਜਵਾਬ ਕੀ ਹੈ ਜੀ ਇਸ ਗੱਲ ਦਾ ਜਵਾਬ ਇਹ ਹੈ ਕਿ ਜੋ ਪਹਿਲਾਂ ਵਾਲਾ ਕੈਂਡੀਡੇਟ ਸੀ 2.5 ਸਾਲ ਬਾਅਦ ਲੋਕਾਂ ਨੂੰ ਧੋਖਾ ਦੇ ਕੇ ਉੱਠ ਗਿਆ ਠੀਕ ਹੈ ਕੰਮ ਤਾਂ ਕਰਨੇ ਕੀ ਸੀ ਔਰ ਜੋ ਉਹਨਾਂ ਦੀ ਰੈਪਿਊਟੇਸ਼ਨ ਹੈ ਉਹ ਜਲੰਧਰ ਦੇ ਲੋਕ ਬੜ ਬਖੂਬੀ ਜਾਣਦੇ ਐ ਐਟ ਲੀਸਟ ਜਿਹੜਾ ਜਲੰਧਰ ਵੈਸਟ ਦਾ ਮੁਖੀ ਹੋਊਗਾ ਉਹ ਇੱਕ ਸ਼ਰੀਫ ਮਿਹਨਤਕਸ਼ ਤੇ ਲੋਕਾਂ ਦੀ ਲੜਾਈ ਲੜਨ ਵਾਲਾ ਹੋਊਗਾ ਜਿਹੜਾ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਹੀਂ ਸੀ ਤੁਸੀਂ ਕਹੋਗੇ ਤੁਸੀਂ ਇਹ ਲੋਕਾਂ ਨਾਲ ਕੀ ਕਮਿਟਮੈਂਟ ਕਰ ਰਹੇ ਹੋ ਜੇ ਮੰਨ ਲਓ ਲੋਕ ਤੁਹਾਨੂੰ ਇੱਥੇ ਜਿਤਾ ਦੇ ਦਿੰਦੇ ਨੇ ਤਾਂ ਕਿਹੜੇ ਕੰਮ ਹੋਣਗੇ ਤੁਸੀਂ ਜਿਹੜੇ ਪੈਲ ਦੇ ਆਧਾਰ ਤੇ ਲੋਕਾਂ ਦੇ ਹੱਲ ਕਰਾ ਕੇ ਦਿਓਗੇ ਦੇਖੋ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਹੈ ਨਾ ਜਲੰਧਰ ਦੀ ਮੈਂ ਬੜੀਆਂ ਇਸ ਤਰ੍ਹਾਂ ਦੀਆਂ ਗਲੀਆਂ ਦੇ ਵਿੱਚ ਕਈ ਜਿੱਥੇ ਪਾਣੀ ਓਵਰਫਲੋ ਹੋ ਰਿਹਾ ਸੀ ਔਰ ਸੀਵਰੇਜ ਦੀ ਬਹੁਤ ਵੱਡੀ ਦਿੱਕਤ ਸੀ ਮੱਛਰ ਕਰਕੇ ਬਿਮਾਰੀ ਫੈਲ ਰਹੀ ਸੀ ਬੜੀਆਂ ਦਿੱਕਤਾਂ ਇਸ ਤਰ੍ਹਾਂ ਦੀਆਂ ਐਟਲੀਸਟ ਇੱਕ ਐਸਾ ਮੁਖੀ ਚੁਣੇ ਲੁਧਿਆਣ ਜਲੰਧਰ ਵੈਸਟ ਜਿਹੜਾ ਉਹਨਾਂ ਦੇ ਮੁੱਦਿਆਂ ਦੀ ਲੜਾਈ ਲੜ ਸਕੇ ਔਰ ਉਹਨਾਂ ਦੀਆਂ ਬਣਦੀਆਂ ਮੰਗਾਂ ਜਾ ਕੇ ਅਸੈਂਬਲੀ ਦੇ ਵਿੱਚ ਰੱਖ ਸਕੇ ਇਹ じゃਣਾ ਕੋਈ ਮੁਖੀ ਚੁਣ ਲਿਆ ਜੀ ਜਿਹੜਾ ਜਾ ਕੇ ਅਸੈਂਬਲੀ ਚ ਹੱਥ ਤੇ ਹੱਤ ਧਰ ਕੇ ਬੈਠ ਜੇ ਪਤਾ ਹੀ ਨਾ ਲੱਗੇ ਕਿ ਜਲੰਧਰ ਵੈਸਟ ਤੋਂ ਕੋਈ ਬੰਦਾ ਹੈਗਾ ਵੀ ਹੈ ਕਿ ਨਹੀਂ ਹੈਗਾ ਜਿਵੇਂ ਪਹਿਲਾਂ ਦਾ ਸੀ ਅਟਲੀਸਟ ਇੱਕ ਜਿਆ ਬੰਦਾ ਹੋਵੇ ਜਿਹੜਾ ਮੰਗ ਰੱਖੇ ਕਿਤੇ ਨਾ ਕਿਤੇ ਤਾਂ ਸਰਕਾਰ ਦੇਊਗੀ ਕਿਉਂ ਨਹੀਂ ਦੇਊਗੀ ਬੰਦਾ ਜੇ ਮੰਗੂਗਾ ਹੀ ਨਾ ਤਾਂ ਮੁਫਤ ਤੱਕ ਕਿਸੇ ਨੇ ਆ ਕੇ ਤੁਹਾਡੇ ਥਲ ਚ ਪਾਣੀ ਦੇਣਾ ਸੋ ਇੱਕ ਇਸ ਤਰ੍ਹਾਂ ਦਾ ਮੇਨ ਮੇਨ ਕਸ਼ ਬੰਦਾ ਮੈਨੂੰ ਲੱਗਦਾ ਹੈ ਉਹ ਸਾਡੇ ਸੁਰਿੰਦਰ ਕੌਰ ਭੰਜੀ ਨੇ ਜਿਹੜੇ ਲੋਕਾਂ ਦੀਆਂ ਮੰਗਾਂ ਰੱਖ ਸਕਦੇ ਨੇ ਅਸੈਂਬਲੀ ਚ ਆਖਰੀ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਸ ਵੇਲੇ ਮੌਜੂਦਾ ਸਥਿਤੀ ਹੈ ਉਹਨੂੰ ਤੁਸੀਂ ਕਿਵੇਂ ਭਾਪ ਰਹੇ ਹੋ ਉਹਨਾਂ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਇਹ ਕਿਵੇਂ ਤੁਸੀਂ ਇਹਨੂੰ ਸਾਰਿਆਂ ਨੂੰ ਦੇਖ ਰਹੇ ਹੋ ਦੇਖੋ ਪਾਪ ਦਾ ਇੱਕ ਦਿਨ ਅੰਤ ਹੁੰਦਾ ਹੈ ਪਾਪ ਦਾ ਘੜਾ ਭਰ ਚੁੱਕਿਆ ਸੀ ਤੇ ਇਹ ਹੋਣਾ ਹੀ ਸੀ ਅਕਾਲੀ ਦਲ ਦੇ ਨਾਲ ਹੰਕਾਰ ਪਾਪ ਬੇਅਦਬੀਆਂ ਨਸ਼ਾ ਜੋ ਕੁਸ਼ ਉਹਨਾਂ ਨੇ ਪੰਜਾਬ ਨੂੰ ਦਿੱਤਾ ਇਹ ਤਾਂ ਘਟੇ ਧੁ ਵੱਧ ਹੋਣਾ ਚਾਹੀਦਾ ਸੀ ਇਹ ਸਿਮਟ ਕੇ ਰਹਿ ਜਾਣਾ ਇਹਨਾਂ ਨੇ ਹੁਣ ਤਾਂ ਇੱਕ ਇਹਨਾਂ ਕੋਲੇ ਸਾਰੇ ਅਕਾਲੀ ਦਲ ਕੋਲੇ ਪੰਜਾਬ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਹੈ ਤੇ ਦੋ ਐਮਐਲਏ ਦੀਆਂ ਸੀਟਾਂ ਹੈ ਤੇ ਇਸ ਤੋਂ ਬਾਅਦ ਇਹ ਵੀ ਨਹੀਂ ਰਹਿਣਾ ਯਾਦ ਰੱਖਿਆ ਜੀ ਗੱਲ ਇਹ ਹੋਣਾ ਹੀ ਸੀ ਉਹਨਾਂ ਦਾ ਮੈਡਮ ਦੇਖੋ ਆਮ ਆਦਮੀ ਪਾਰਟੀ ਇੱਥੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ 2.5 ਸਾਲ ਚ ਉਹ ਕੰਮ ਹੋਏ ਨੇ ਜਿਹੜੇ ਪਿਛਲੀ ਸਰਕਾਰਾਂ ਚ 70 ਸਾਲਾਂ ਚ ਨਹੀਂ ਹੋਏ ਉਹ ਬਿਜਲੀ ਫ੍ਰੀ ਦੀ ਗੱਲ ਕਰਦੇ ਨੇ ਉਹ ਇੰਡਸਟਰੀ ਦੀ ਗੱਲ ਕਰ ਰਹੇ ਨੇ ਬਾਕੀ ਜਿਹੜੇ ਕੰਮ ਹੋਏ ਨੇ ਉਹਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਵੋਟਾਂ ਕਿਉਂ ਨਾ ਪਾਉਣਗੇ ਸਰਕਾਰ ਨੂੰ ਜਿਲੰਦਰ ਵੈਸਟੇ ਲੋਕ ਕਿਉਂ ਨਾ ਸਰਕਾਰ ਨੂੰ ਚੁਣਨਗੇ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਸਰਕਾਰ ਬਣਨ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਅਸੀਂ ਐਨਹਾਂਸਮੈਂਟਸ ਖਤਮ ਕਰ ਦਿਆਂਗੇ ਜਲੰਧਰ ਇੱਕ ਲੈਦਰ ਦੀ ਬਹੁਤ ਵੱਡੀ ਇੰਡਸਟਰੀ ਹੈ ਪੰਜਾਬ ਦੀ ਐਨਹਾਂਸਮੈਂਟਸ ਖਤਮ ਤਾਂ ਕੀ ਕਰਨੀਆਂ ਸੀ ਐਨਓਸੀ ਅਜ ਤੱਕ ਨਹੀਂ ਮਿਲ ਰਹੀਆਂ 40 ਤੋਂ 50% ਜਲੰਧਰ ਦੀ ਟੈਨਰੀ ਇੰਡਸਟਰੀ ਬੰਦ ਹੋ ਚੁੱਕੀ ਹੈ ਦੂਜੀ ਗੱਲ ਜਿੰਨੇ ਵਾਅਦੇ ਕੀਤੇ ਸੀ ਤੁਸੀਂ ਕਹਿ ਰਹੇ ਹੋ ਬਿਜਲੀ ਦੀ ਗੱਲ ਕੀ ਸੀ 300 ਯੂਨਿਟ ਫ੍ਰੀ ਦਿੱਤਾ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਕਿ 300 ਯੂਨਿਟ ਇਦੋਂ ਦਾ ਫ੍ਰੀ ਨਾ ਦਿਓ 10-10 ਘੰਟੇ ਲਗਾਤਾਰ ਬਿਜਲੀ ਨਹੀਂ ਆਉਂਦੀ ਇਹ ਜੀ ਇਹ ਜੀ ਬਿਜਲੀ ਤੋਂ ਕੀ ਕਰਾਉਣਾ ਇਹਦੂ ਤਾਂ ਚੰਗਾ ਇਹ ਹੈ ਕਿ ਬਿਜਲੀ ਦਿਓ ਤੇ ਬਿੱਲ ਲੈ ਲਓ ਤੁਸੀਂ ਝੂਠ ਹੀ ਬੋਲੀ ਜਾਂਦੇ ਹੋ ਝੂਠ ਫਿਰ ਤੁਸੀਂ ਵਾਅਦਾ ਕੀਤਾ ਕਿ ਅਸੀਂ ਲੇਡੀਜ਼ ਨੂੰ 1000 ਰੁਪਿਆ ਮਹੀਨਾ ਦੇਵਾਂਗੇ ਤੇ ਜੇ ਮੈਂ ਉਸ 1000 ਰੁਪਏ ਨੂੰ ਕੈਲਕੂਲੇਟ ਕਰਾਂ ਤਾਂ ਅੱਜ ਤੱਕ ਮੈਨੂੰ ਲੱਗਦਾ ਉਹ 26-27000 ਰੁਪਿਆ ਹਰ ਔਰਤ ਦਾ ਸਰਕਾਰ ਵੱਲ ਬਣਦਾ ਹੈ ਕਿੱਥੇ ਉਹ ਪੈਸੇ ਕੋਈ ਬਿਜਲੀ ਨਹੀਂ ਕੋਈ ਸੁੱਖ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਕੋਈ ਪੈਨਸ਼ਨਾਂ 'ਚ ਵਾਅਦਾ ਨਹੀਂ ਕੋਈ ਸ਼ਗਨ ਸਕੀਮਾਂ 'ਚ ਵਾਅਦਾ ਨਹੀਂ ਇੰਡਸਟਰੀ ਪੰਜਾਬ ਦੀ ਕੋਲੈਪਸ ਕਰ ਗਈ ਜਦੋਂ ਦੇ ਇਹ ਲੋਕ ਆਏ ਐ ਤੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਇਹ ਤਾਂ ਜਲੰਧਰ ਵੈਸ ਤੇ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਉਹ ਕੀ ਭੁਗਤਾਨ ਭੁਗਤ ਰਹੇ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਹੁਤ ਸ਼ੁਕਰੀਆ ਜੀ ਸਮਝਾ ਦਿੱਤਾ ਧੰਨਵਾਦ ਜੀ ਅਮ੍ਰਿਤਾ ਵਰਿੰਗ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਉਹ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਦਾ ਦਾਵਾ ਜ਼ਰੂਰ ਮਜ਼ਬੂਤ ਹੈ ਤੇ ਉਹ ਕਹਿ ਰਹੇ ਨੇ ਕਿ ਅਸੀਂ ਮਿਹਨਤ ਵੀ ਕਰਨੀ ਹੈ ਤੇ ਮਿਹਨਤ ਦਾ ਫਲ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਪਾਉਣਾ ਕਿਉਂਕਿ ਉਹ ਕਹਿ ਰਹੇ ਨੇ ਕਿ ਕੰਮ ਉਹ ਕਰਨਗੇ ਜਿਹੇ ਸੀਟ ਤੋਂ ਜਿੱਤਦੇ ਨੇ ਤਾਂ ਦੇਖਣਾ ਹੋਏਗਾ 10 ਤਰੀਕ ਨੂੰ ਲੋਕ ਕਿਸ ਨੂੰ ਆਪਣਾ ਇਥੋਂ ਉਮੀਦਵਾਰ ਚੁਣਦੇ ਨੇ ਕੈਮਰਾਮੈਨ ਅਸ਼ੋਕ ਸਿੱਧੂ ਦੇ ਨਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਕਰੋ ਪ੍ਰਾਈਮਰੀ ਸ਼ਾਟ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ